ਇੱਥੇ ਕੋਈ ਤੰਗੀ ਤੁੰਗੀ ਤਾਂ ਨਹੀਂ ਆਉਂਦੀ ਜ਼ਿਆਦਾ? ਨਹੀਂ, ਇਹਨਾਂ ਨੂੰ ਸਾਨੂੰ 7 ਵਜੇ ਤੱਕ ਆਉਣ ਦਿੰਦੇ ਆ, ਬਾਅਦ ਚਲ ਜੀ ਤੇ ਆ ਪੁੱਛ ਕੇ ਆ ਜੀਦਾ ਜਾਉਣਾ ਹੋਵੇ ਜੇ ਆਉਣਾ ਹੋਵੇ ਇੱਥੇ ਜਗ੍ਹਾ ਡੰਗਰ ਔਰੇ ਬੰਦਾ ਰਹਿ ਸਕਦਾ ਕੋਈ? ਉਹ ਡੱਕਦੇ ਨਹੀਂ ਜਾਣਾ, ਮਨੋਂ ਕੇ ਦੋ ਪਸ਼ੂ ਬੱਧੇ ਆ ਤਾਰਾਂ ਕੱਢਣ ਫਿਰ ਨਵੇਂ ਜਦੋਂ ਕਿਤੇ ਆਉਂਦੇ ਉਦੋਂ ਕਰਦੇ, ਪੁਰਾਣੇ ਤਾਂ ਪਤਾ ਇਸ ਤਰ੍ਹਾਂ ਜਿਸ ਤਰ੍ਹਾਂ ਲੰਘਦੇ ਨਾ ਸਾਰਿਆਂ ਨੂੰ ਪਤਾ ਹੀ ਹੁੰਦਾ। ਹੁਣ ਤੁਸੀਂ ਰਾਤ ਨੂੰ ਰਹੋਗੇ ਉਰੇ ਘਰ ਚਲੀ ਜਾਣਾ? ਨਾ ਨਾ, ਦੋ ਚੋਕੇ ਬਸ ਇੱਥੇ ਅੰਦਰ ਅੰਦਰ ਬੰਨ ਕੇ ਜਿੱਥੇ ਜ਼ਿਆਦਾ ਤਾਂ ਕੈਂਪ ਤੋਂ ਅੱਗੇ ਨਹੀਂ ਆਉਂਦਾ। ਜਿਹੜੇ ਬਲੌਗ ਦੇ ਸਾਡੇ ਸਬਸਕ੍ਰਾਈਬਰ ਨੇ ਵੀ ਅੱਜ ਅਸੀਂ ਪਹੁੰਚੇ ਹੋਏ ਜੀ ਡੇਰਾ ਬਾਬਾ ਨਾਨਕ। ਕੱਲ੍ਹ ਨੂੰ ਜਾਣਾ ਜੀ ਕਰਤਾਰਪੁਰ ਸਾਹਿਬ ਦੇਖਣ ਆਪਾਂ ਗੁਰਦੁਆਰਾ ਪਾਕਿਸਤਾਨ 'ਚ 6 ਤਰੀਕ ਨੂੰ। ਵੀ ਅੱਜ ਅਸੀਂ ਥੋੜ੍ਹਾ ਜਿਹਾ ਟਾਈਮ ਗੱਲ ਪਹੁੰਚ ਕੇ ਉਰੇ ਗੱਡੀ 'ਚ ਆਏ ਆ, 5 ਵਜੇ ਆ ਗਏ ਤੇ ਜੀ। ਹੁਣ ਸਾਨੂੰ ਫਿਰ ਕਿਸੇ ਨੇ ਦੱਸਿਆ ਵੀ ਇੱਕ ਗੁਰਦੁਆਰਾ ਸਾਹਿਬ ਆਪਣਾ ਜਿੱਥੇ ਪਹਿਲਾਂ ਇਮੀਗ੍ਰੇਸ਼ਨ ਆਪਣੀ ਹੋਈ ਸੀ ਅੰਦਰ ਜਾਣ ਦਾ, ਤਾਂ ਉਹਦੇ ਨੇੜੇ ਹੈ ਹਾਲੇ ਲੱਗੀ ਹੋਈ। ਹਾਂ, ਦੂਰਬੀਨ ਗੱਲ ਜਿੱਥੇ ਦਿਖਾਉਂਦੇ ਗੁਰਦੁਆਰਾ ਸਾਹਿਬ ਦਰਸ਼ਨ ਹੁੰਦੇ ਆ। ਅਸੀਂ ਕਿਹਾ ਵੀ ਚਲੋ ਇਹ ਤਾਂ ਲੋਟ ਆ ਵੀ ਮਲਕੀਤ ਬਾਈ ਸਾਡੇ ਕੋਲ ਆਏ, ਨਹੀਂ ਤਾਂ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਛੱਡਣਾ ਤਾਂ ਵੀ ਚਲੋ ਇਹਨੂੰ ਉੱਥੇ ਦੇ ਦਰਸ਼ਨ ਹੋ ਜੂਗੇ ਜੀ। ਵੀ ਜੇ ਦੂਰਬੀਨ ਗੱਲ ਦਿਖਾਉਂਦੇ ਉਹ ਦੇਖਣ ਆਏ ਵੇ, ਬਹੁਤ ਟਾਈਮ ਹੈ ਸਾਡੇ ਪਾਸ ਹਲੇ, ਹੁਣ ਦੇਖਦੇ ਜੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਅੰਦਰ। ਬਾਕੀ ਪਹੁੰਚੇ ਵੀ ਜੇ ਇੱਥੇ ਸਾਡੀ ਟਰਾਲੀ ਐਂਟਰੀ ਹੋਈ ਸੀ ਪਹਿਲਾਂ ਆ ਕੇ, ਇੰਨਾ ਸਾਨੂੰ ਪਤਾ ਵੀ ਪਹਿਲਾਂ ਜਦ 4 ਮਹੀਨੇ ਹੋ ਗਿਆ ਇੱਧਰ ਵੀ ਤਾਂ ਕਹਾਂ, ਫਿਰ ਆਪਾਂ ਦਾ ਪਾਸਪੋਰਟ ਦਾ ਜਿਹੜਾ ਜਾਣਾ ਚੈੱਕ ਕਰਾ ਕੇ ਉਹ ਜਾਵਾਂਗੇ। ਵੀ ਆ ਜਾਓ, ਤੁਹਾਨੂੰ ਦਰਸ਼ਨ ਕਰਾਉਂਦੇ ਜੀ। ਇਹ ਆਪਣਾ ਗੁਰਦੁਆਰਾ ਸਾਹਿਬ ਆ ਜਿਹੜਾ ਨਾ ਸਾਈਡ ਪਰ ਰੱਖਿਆ ਹੋਇਆ, ਜਿਹਨਾਂ ਨੇ ਆਪਣੇ ਅੰਦਰ ਆਹ ਤਾਰ ਲੱਗੀ ਸੀ ਇਹਨਾਂ ਦੀ। ਬਾਕੀ ਜਿਹੜੇ ਆਪਦੇ ਇੱਧਰ ਕਾਰਵਾਈ ਹੁੰਦੀ ਸਾਰੀ, ਹੈ ਨਾ ਕਾਰਵਾਈ ਅੰਦਰ ਅੰਦਰ ਆਈ ਸਾਰੀ ਇੱਧਰ, ਜਿਹੜੇ ਹੁਣ ਗਾਹਾਂ ਜਾਣਾ ਜਿਹਨਾਂ ਨੇ, ਜਿਹਨਾਂ ਨੇ ਗਾਹਾਂ ਜਾਣਾ, ਜਿਹੜੇ ਇੱਥੇ ਸਹੀਆਂ ਗੁਰਦੁਆਰਾ ਸੀ ਇਹ ਖੁੱਲੇ ਆ, ਇਹ ਖੁੱਲੇ, ਇਹਨਾਂ ਦਾ ਕੋਈ ਪਾਸਪੋਰਟ ਨਹੀਂ ਦੇਖਣਾ, ਕੁਛ ਨਹੀਂ ਦੇਖਣਾ, ਇਹ ਇਹਨਾਂ ਦੀ ਤਾਰ 'ਤੇ ਬਾਹਰੇ ਆ। ਹਾਂ, ਜਿਹੜੀ ਆਪਣੀ ਖੇਤੀ ਹੈ ਆਹ ਵੀ ਆਪਣੀ ਖੇਤੀ ਪਈ ਹੈ ਇੱਧਰ, ਉਹ ਬੰਨ ਹੈ, ਉਹ ਬੰਨ 'ਤੇ ਵੀ ਗਾਹਾਂ ਆਪਣੀ ਖੇਤੀ ਹੈ, ਉਹ 'ਤੇ ਗਾਹਾਂ ਤਾਰ ਲੱਗੀ ਵੀ ਉੱਥੇ ਹੱਦ ਹੈ ਜਿਹੜੀ। ਹਾਂ, ਫਿਰ ਉੱਥੇ ਪਾਕਿਸਤਾਨ ਦੀ ਵੀ ਹੈ ਹੱਦ, ਜਿੱਥੇ ਵਿਚਾਲੇ ਜਗ੍ਹਾ ਛੱਡ ਕੇ ਫਿਰ ਉਹਨਾਂ ਦੀ ਵੀ ਤਾਰ ਲੱਗੀ ਹੋਈ ਲੱਗੀ ਹੋਊਗੀ। ਹਾਂ, ਉਹ ਦੇਖ ਜਾਣੀ ਅਸੀਂ ਦੂਰਬੀਨ ਦਾ ਦੇਖੂਗਾ ਸਾਰਾ ਕੁਛ। ਵੀ ਜਾ ਕੇ ਦੇਖਦੇ ਹਾਂ ਜੀ, ਹੁਣ ਅਸੀਂ ਪਹਿਲੀ ਵਾਰ ਆਏ, ਪਹਿਲਾਂ ਅਸੀਂ ਰਾਤ ਨੂੰ ਆ ਗਏ ਤੇ ਜੀ, ਉਹ ਤਾਂ ਪਤਾ ਨਹੀਂ ਲੱਗਿਆ ਸਾਨੂੰ ਕੁਛ ਵੀ। 8 ਵਜੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਫਿਰ ਤੁਸੀਂ ਕਮਰਾ ਮਤਲਬ ਲੇਟ ਹੋ ਗਏ। ਬਹੁਤ ਵਧੀਆ ਚੀਜ਼ ਬਣਾਈ ਹੋਈ ਬਾਈ। ਹਾਂ, ਸਵੇਰੇ 8 ਵਜੇ ਅਸੀਂ ਉਰੇ ਆ ਗਏ, 9 ਵਜੇ ਅੰਦਰ ਐਂਟਰ ਹੋ ਗਏ। ਵੀ ਆਹ ਚੀਜ਼ ਦਾ ਪਤਾ ਨਹੀਂ ਲੱਗਿਆ, ਪਹਿਲਾਂ ਆਉਣ ਕਰਕੇ ਚੀਜ਼ ਦਾ ਪਤਾ ਲੱਗ ਗਿਆ। ਸਾਜਰੇ ਆ ਕੇ ਤਾਂ ਪਤਾ ਲੱਗ ਗਿਆ। ਮੈਂ ਕਹਿੰਦਾ ਵੀ ਸਾਡੇ ਨਾਲ ਤਾਂ ਤੈਨੂੰ ਦਰਸ਼ਨ ਵਧੀਆ ਹੋ ਜਾਣੇ ਆ। ਠੀਕ ਹੈ, ਠੀਕ ਹੈ। ਮਾਲਕ ਬਾਈ ਸੁਣਦਾ ਜ਼ਰੂਰ ਆ, ਸਭ ਦੇ ਸੁਣਦਾ, ਚਾਹੇ ਟਾਈਮ ਲੱਗ ਜਾਵੇ, ਕਹਿੰਦੇ ਵੀ ਦੇਰ ਹੈਗੀ ਪਰ ਨੇਰ ਨਹੀਂ ਹੈਗਾ। ਕਈ ਵੀ ਕਹਿੰਦੇ ਵੀ ਸਾਡੇ ਦਰਸ਼ਨ ਬਾਹਾਂ ਬਾਈ ਹੋ ਜਾਣੇ, ਸਾਰੇ ਦਰਸ਼ਨ ਹੁੰਦੇ ਵੀ ਸਾਡੇ 50-51 ਸਾਲ ਬਾਅਦ ਹੋਏ ਆ। ਹਾਂ, ਡੈਡੀ ਦਾ ਕਿੰਨੀ ਕਿੰਨੀ ਉਮਰ ਹੋ ਗਈ? ਡੈਡੀ ਦਾ ਦੀ ਮੈਂ ਕਹਿੰਦਾ 76-77 ਸਾਲ ਦੀ ਹੋ ਗਈ ਉਮਰ, ਪਹਿਲੀ ਵਾਰ ਦਰਸ਼ਨ ਹੋਏ ਆ। ਵੀ ਇਹ ਟਾਈਮ ਦਾ ਨਹੀਂ ਪਤਾ ਕਾਤਾ ਜਣਾ, ਇਹ ਮਾਲਕ ਦੇ ਹੱਥ ਹੈ, ਸਭ ਦੇ ਦਰਸ਼ਨ ਹੋਣਗੇ। ਬਾਕੀ ਦਰਸ਼ਨ ਨਾ ਹੋਏ ਅਰਦਾਸ ਦੇ ਜ਼ਰੂਰ ਕਰਕੇ ਆਊਗੇ ਸਾਰਿਆਂ ਦੇ ਵਾਸਤੇ, ਵੀ ਮਾਲਕ ਸਭ ਨੂੰ ਦੇਹ ਰੋਕਤਾ ਨਹੀਂ, ਸੁੱਖ ਸ਼ਾਂਤੀ ਚੜ੍ਹਦੀ ਕਲਾ ਵਿੱਚ ਰੱਖੀ। ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ, ਜਿਹੜਾ ਆਪਣਾ ਉਰੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਦਾ ਹਾਲੇ ਸਾਨੂੰ ਨਾਂ ਦਾ ਪਤਾ ਨਹੀਂ ਹੈਗਾ ਵੀ ਕਿਆ ਚੀਜ਼ ਹੈ ਲਿਖਿਆ ਪਰ, ਉਹ ਲਿਖਿਆ ਮੰਦਰ ਵਿੱਚ ਹੈ ਨਹੀਂ, ਉਰੇ ਦੇ ਪੜ ਹੁੰਦਾ ਥੋੜਾ ਜਿਹਾ, ਕੋਈ ਨੇ ਨੇੜੇ ਜਾ ਕੇ ਦਿਖਾਉਂਦੇ ਆ। ਵੀ ਆਪਣੀ ਇੱਧਰ ਹਲੇ ਆ ਖੇਤੀ ਬਹੁਤ ਪਈ ਹੈ ਜੀ, ਸਾਰੀ ਖੇਤੀ ਆਪਣੀ ਹੈ। ਬੰਦ ਕਰਤਾ ਬੈਠੀ ਹੋਇਆ ਨੇ। ਅੱਛਾ, ਠੀਕ ਹੈ, ਠੀਕ ਹੈ, ਚਲੋ ਦੇਖਦੇ ਜੀ। ਕਹਿੰਦੇ ਮਿਲਟਰੀ ਵਾਲੇ ਥੋੜ੍ਹਾ ਜਿਹਾ ਰੋਕਦੇ, ਥੋੜ੍ਹਾ ਜਿਹਾ ਲੇਟ ਵੀ ਹੋਏ ਵੀ ਲੱਗਦੇ ਹੁਣ ਦਿਨ ਛਿਪਣੇ ਵਾਲਾ। ਬਾਕੀ ਜਿਹੜਾ ਇਹ ਗੁਰਦੁਆਰਾ ਹੈਗਾ ਜੀ, ਪਾਤਸ਼ਾਹੀ ਪਹਿਲੀ ਦਰਸ਼ਨੀ ਗੇਟ, ਪਾਤਸ਼ਾਹੀ ਪਹਿਲੀ ਹੈ ਇਹ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਿਖਿਆ ਹੋਇਆ, ਇੱਥੇ ਦੇ ਦੂਰਬੀਨ ਗੱਲ ਦਿਖਾਉਂਦਾ ਜੀ। ਚਲੋ ਦੇਖਦੇ ਜੀ ਮਾੜਾ ਜਿਹਾ, ਹਿੰਮਤ ਗੱਲ ਜਾ ਕੇ ਅਸੀਂ, ਜੇ ਨਾ ਬੰਦ ਕਰਿਆ ਉਹਨਾਂ ਨੇ ਤੁਹਾਨੂੰ ਦਿਖਾਉਂਦੇ, ਜੇ ਬੰਦ ਕਰਤਾ ਫਿਰ ਭਾਈ ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਸਹੀ ਫਿਰ। ਹਾਂ, ਹੁਣ ਤਾਂ ਪਤਾ ਲੱਗ ਗਿਆ ਤੁਸੀਂ ਤਾਂ ਆ ਸਕਦੇ, ਆ ਸਕਦੇ ਇੱਥੇ ਤੱਕ, ਕੱਲ੍ਹ ਨੂੰ ਤੈਨੂੰ ਇੱਥੇ ਹੀ ਆਉਣਾ ਸੀ। ਠੀਕ ਹੈ, ਦੂਰਬੀਨ ਜਿਹੜਾ ਦਿਖਾਉਣਾ ਇਹਦਾ ਇੱਥੇ ਤੱਕ, ਤੇ ਇਹਨੂੰ ਦਰਸ਼ਨ 7 ਪਹਿਲਾਂ ਹੋ ਜਾਣੇ ਜੀ, ਸਾਨੂੰ ਲੇਟ ਹੋਣੇ, ਸਾਨੂੰ 6 ਤਰੀਕ ਨੂੰ ਹੋਣੇ, ਇਹਨੂੰ 5 ਤਰੀਕ ਨੂੰ ਸ਼ਾਮ ਨੂੰ ਕਰਾ ਦਿੱਤੇ ਦਰਸ਼ਨ ਹੈ ਜੀ। ਵੀ ਬਾਕੀ ਆਪਣੀ ਹੱਦ ਹੈ ਜੀ ਇੱਥੇ ਤੱਕ, ਆਹ ਲੱਗੀ ਵੀ ਆਪਣੀ ਕੰਡਾ ਤਾਰ ਲੱਗੀ।
बाबे नानक दी खेती भी हैगी कल नूं फेर दर्शन करने ਕਦੋਂ ਬੜਾ ਫੇਰ ਟਾਈਮ ਕੱਢ ਗਿਆ ਜੀ ਇਹ ਤੇਰੇ ਪਾਸਪੋਰਟ ਦੀ ਉਹਦੇ ਕਰਕੇ ਆ ਨਹੀਂ ਤੈਨੂੰ ਉੱਥੇ ਤੱਕ ਅਸੀਂ ਲੈ ਜਾਣਾ ਤਾਂ ਦਿਖਦਾ ਚ ਪੂਰਾ ਚਾਚੇ ਨੇ ਬਾਈ ਨੈਣਾ ਦੇ ਵਿੱਚ ਮਰੂਦ ਦੇਖ ਲਿਆ ਤਾਂ ਲੱਗਿਆ ਹੋਇਆ ਤਾਂ ਫੇਰ ਦੂਰ ਵੀ ਗੱਲਾਂ ਤੇ 1 ਕਿਲੋਮੀਟਰ ਦਾ ਰਸਤਾ ਲਿਆ ਮੈਂ ਦੇਖਾਂ ਉਹਦੇ ਦੇਖ ਲਾ ਕਿਧਰ ਦੇਖਦਾ ਉੱਪਰ ਜੇ ਕੀਆ ਮਾਣ ਵਾਲਾ ਆਇਆ ਰਾਈਟ ਗਾਣੇ ਨਹੀਂ ਜਮਾਂ ਹੀ ਨੇੜੇ ਹੀ ਆ ਬਾਈ ਹਾਂ बढ़ते 10 किले कदे बढ़े हफ्ता हो गया वड्डी नूं रावी दा दरिया दा बन चलो हुण टाइम हो गया साडा बस कहिंदे थोड़े लेट हो गए बाकी बाहर निकल के दिखाउंदे फिर बाहर देखदे बाजी आ जी कहां होर ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਬਾਕੀ ਜਿਹੜਾ ਨੌਂ ਮੂਰੇ ਲਿਖਿਆ ਬਈ ਦੇਖੋ ਸ਼ਹੀਦ ਬਾਬਾ ਸਿੰਧ ਸੌਂ ਰੰਧਾਵਾ ਵੀ ਉਹਨਾਂ ਦਾ ਬਣਾਇਆ ਬਈ ਸਥਾਨ ਉਰੇ ਲੱਗੇ ਜੀ ਮੱਥਾ ਟੇਕਣ ਆਪਾਂ ਬਾਕੀ ਦਿਖਾਉਂਦੇ ਆ ਪਹਿਲਾਂ ਵੀ ਜਾਂ ਬਣਿਆ ਤਾਂ ਜਦ ਵੀ ਹਿਸਟਰੀ ਦੇਖ ਕੇ ਜਾਂਦੇ ਰਹੇ ਆ ਇਹ ਦੂਰਬੀਨ ਨਾਲੇ ਨਹੀਂ ਦੂਰਬੀਨ ਨਾਲ ਦੇਖ ਕੇ ਜਾਂਦੇ ਰਹੇ ਇਹ ਚੀਜ਼ ਦਾ ਅਸੀਂ ਟਰਾਲੀ ਲਿਖਿਆ ਸਾਨੂੰ ਇਹ ਚੀਜ਼ ਦਾ ਮੈਨੂੰ ਪਤਾ ਕਿ ਵੀ ਇੱਥੇ ਦੂਰਬੀਨ ਨਾਲ ਦਿਖਾਉਂਦੇ ਆ ਇੱਥੇ ਦਿਖਾਉਂਦੇ ਆ ਹੁਣ ਤਾਂ ਪਤਾ ਲੱਗਦਾ ਵੀ ਇੱਥੇ ਦਿਖਾਉਂਦੇ ਲੇਟ ਹੋ ਗਏ ਤੇ ਬਾਕੀ ਆ ਸਥਾਨ ਦਾ ਇੰਦਾ ਪਤਾ ਹੈਗਾ ਜਦ ਸਥਾਨ ਤੇ ਜਾ ਕੇ ਦਰਸ਼ਨ ਕਰਿਆ ਹੈ ਹਾਂ ਵੀ ਟਾਈਮ ਲਾਉਣ ਕਰਕੇ ਆਪਾਂ ਨੂੰ ਬਹੁਤ ਪਤਾ ਲੱਗਿਆ ਵਾਹ ਲਓ ਜੀ ਵਾਪਸੀ ਕਿਹੜਾ ਆਪਾਂ ਵਾਪਸੀ ਚੱਲੇ ਪਾਤੇ ਇੱਧਰ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਗੁਰਦੁਆਰਾ ਵੀ ਜਿੱਥੇ ਰਾਤ ਕੱਟਣੀ ਆਪਾਂ ਨੇ ਕਮਰਾ ਲੱਤਾ ਵਾ ਇੱਥੇ ਤੁਰ ਪਏ ਭਾਈ ਹੁਣ ਹਾਂ ਵੀ ਤੁਹਾਨੂੰ ਦਿਖਾਇਆ ਤਾਂ ਵੀ ਇਹਨੂੰ ਮਲਕੀਤ ਬਾਈ ਨੂੰ ਦਿਖਾਤਾ ਦੂਰ ਮੈਂ ਬਾਕੀ ਇੱਧਰ ਖੇਤ ਦੇਖਦੇ ਜਿਹੜੇ ਆਪਣੇ ਆ ਏਰੀਏ 'ਚ ਹਾਏ ਪਏ ਆ ਵੀ ਫਸਲਵਾੜੀ ਕਹੀ ਜੀ ਇੱਧਰ ਵੀ ਵਧੀਆ ਹੈ ਫਸਲਵਾੜੀ ਉਹਨੇ ਨਹੀਂ ਫਸਲਵਾੜੀ ਧਰਤੀ ਮਾੜੀ ਨਹੀਂ ਹੈਗੀ ਧਰਤੀ ਬਹੁਤ ਇੱਕ ਨੰਬਰ ਉਪਜਾਊ ਹੈ ਧਰਤੀ ਹੈ ਛੋਟੀ ਜ਼ਮੀਨ ਆ ਮੱਕੀ ਦੱਸਦੀ ਜਿਹੜੇ ਸਭ ਕੁਝ ਜੰਮੇ ਵੀ ਮੈਂ ਤਾਂ ਇਹੀ ਜੀ ਕਦੇ ਆਪਣੇ ਜੰਮੀ ਵੀ ਨਹੀਂ ਦੇਖੀ ਹੈਗੀ ਆਪਣੀ ਧਰਤੀ ਜਿਹੜੀ ਹੀ ਜੰਮ ਦੇਖਿਆ ਜਿੰਨਾ ਜੰਮ ਇਹਨਾਂ ਦੇ ਉਰੇ ਛੋਟੀ ਯਾਰ ਕੇ ਆਏ ਛੋਟੀ ਯਾਰ ਇਸ ਲਈ ਜ਼ਮੀਨ ਆ ਪੱਸੀ ਜੀ ਹੈ ਮੀਂਹ ਪਿਆ ਵਾ ਨਾਲੇ ਬੀਜੀ ਹੋਈ ਪਰ ਸਾਰੇ ਜੰਮੇ ਹੀ ਬਾਹਰ ਹੈ ਬਾਕੀ ਦਿਖਾਉਂਦੇ ਤੁਹਾਨੂੰ ਗੋਭੀ ਵੀ ਅੱਗੇ ਲਾਈ ਵੀ ਵੀਰਾਂ ਨੇ ਅਜਾ ਪੱਖੇ ਰਾਜ ਮੈਨੂੰ ਉੱਪਰ ਹੀ ਲੱਗਦੇ ਪਏ ਉਰੇ ਪੱਖੇ ਦੇਖ ਮੋਟਰਾਂ ਉੱਪਰੇ ਪਈਆਂ ਲੱਗਦੀਆਂ ਮੈਨੂੰ ਉਰੇ ਜਿਹੜਾ ਆਪਣੇ ਦੀ ਆ ਪਹਿਲਾਂ ਇੰਜਨ ਹੀ ਰੱਖਿਆ ਵਾ ਲੱਗਦਾ ਪੀਟਰ ਉਹਨਾਂ ਨੇ ਪਤਾ ਨਹੀਂ ਹੈ ਮੋਟਰ ਵੀ ਹੈਗੀ ਆ ਕਿਆ ਪਤਾ ਹੁਣ ਬਾਕੀ ਦੇਖੋ ਭਾਈ ਕਿੱਥੇ ਆਏ ਮੋਟਰਾਂ ਉੱਪਰੇ ਰੱਖੇ ਪੈਣ ਨੇ ਡੰਗਰ ਬੱਛਾ ਜਿੰਨਾ ਵੀ ਰੱਖਿਆ ਪਵਣਾ ਆਦਾ ਭਈਆ ਭੂਏ ਰਹਿੰਦਾ ਹੋਣਾ ਕੋਈ ਪੱਕਾ ਉਰੇ ਇਹਨਾਂ ਦੇ ਵੀ ਡੰਗਰ ਵੀ ਉਰੀ ਆ ਸਾਰਾ ਕੁਛ ਆ ਫਸਲ ਵਾਲੀ ਜਿੰਨੀ ਵੀ ਇੱਧਰੇ ਆ ਬਾਕੀ ਕੋਲ ਜਾ ਕੇ ਦੇਖਦੇ ਸਕੂਟਰ ਹੀ ਖੜੀ ਇੱਕ ਬਾਈ ਟੇਉ ਲਗਾ ਟੇਉ ਸੋਚਾ ਦੇਖਣ ਵਾਲੇ ਕਿਹਾ ਜਾ ਪੱਖਾ ਕਿੱਥੇ ਪਿਆ ਸਮਰਸੀਬਲ ਪੱਖੇ ਦੀ ਮੋਟਰ ਹੈ ਕਿੱਦਾਂ ਕਿੰਨਾ ਮੋੜ ਹੈ ਤੂੰ ਬੋਰ ਤਾਂ ਦੇਖ ਜਿਵੇਂ ਸਰਕਾਰੀ ਬੋਰ ਹੁੰਦਾ ਪਾਣੀ ਬਹੁਤ ਉੜਾ ਇਹਦਾ ਹੈ ਦੇਖ ਜੀ ਉੱਪਰ ਆ ਪਾਣੀ ਮਸ਼ੀਨ ਇਹ ਮੋਟਰ ਤੇ ਪੜਾ ਚੜਦਾ ਹੋਣਾ ਵੇ ਹਾਂ ਹੈ ਕਾਲ ਲੈਟ ਹੋ ਇਸੀ ਮੋਟਰ ਤੇ ਪੜਾ ਚੜਦਾ ਹੋਣਾ ਉਧਰ ਬਾਈ ਤੂੰ ਆ ਦੇਖ ਵੀ ਆਪਣੇ ਵਾਲਾ ਕੰਮ ਮਸੜ ਸ਼ਾਮ ਆਉਂਦੇ ਕਿੰਨੀ ਸੰਘਣੀ ਦੀ ਨਜ਼ਾਰਾ ਬਾਈ ਨਜ਼ਾਰਾ ਆਉਂਦਾ ਹੋਊਗਾ ਉਰੇ ਪੂਰਾ ਆਪਣੇ ਮੋਟਰ ਦੀ ਫੀਲਿੰਗ ਆਉਂਦੀ ਉਰੇ ਹਾਂ ਪਰ ਉਹਦੇ ਬਾਰਡਰ ਕਰਕੇ ਉਹ ਰੌਣਕ ਨਹੀਂ ਹੈਗੀ ਜਿਹੜੀ ਆਪਣੀ ਮੋਟਰ ਵਾਲੀ ਆ ਹਾਂ ਵੀ ਅੰਬ ਲੱਗੇ ਵਿੱਚ ਚਾਰ ਪੰਜ ਅਮਰੂਦ ਵੀ ਲੱਗਿਆ ਵਾ ਟਾਉਂਗਾ ਲੱਗਦੇ ਤਾਂ ਵੀ ਲੱਗਿਆ ਤੇ ਤੂੰ ਤਾਂ ਅੰਬ ਸਾਰਾ ਕੁਝ ਲੱਗਿਆ ਵਾ ਪਰ ਵੀਰ ਉਹਨੇ ਦੇਖਦਾ ਨਹੀਂ ਕੋਈ ਮੋਟਰਸਾਈਕਲ ਵੀ ਖੜਾ ਆ ਗਿਆ ਬਾਈ ਹੈ ਜੂੜੀ ਫੇਰੀ ਲਾਇਦਾ ਬੰਦਾ ਹੋਰ ਆ ਗੱਡੀ ਦੇ ਬਹੁਤ ਵਧੀਆ ਸਿਸਟਮ ਹੈ ਸਾਰੇ ਕੀ ਗੱਲ ਦੀ ਹੈ
गोभी देला मतलब गोभी गोभी नंबर खड़ी यार फसल हले साडे गोभी नु बीमारी है भाई असी गोभी साडे भी खड़ी है संडी ने साडा संडी ने नाथ मारया पया भाई देख मन की गोभी खड़ी एक नंबर हां पता वेट नहीं ना होना एक नंबर होना ਧਨੀਆ ਹੈ ਮੈਂ ਕਹਿੰਦਾ ਤਾਂ ਕਣੀਆਂ ਪਈਆਂ ਵੀ ਆ ਫਿਰ ਸਪੈਸ਼ਲ ਹੋਈ ਵੀ ਇਹ ਚੀਜ਼ ਹੋਰ ਆ ਕੋਈ ਲੱਗਦੀ ਹੈ ਸਾਰੇ ਖੇਚ ਲੱਗੀ ਧਨੀਆ ਨਹੀਂ ਹੈਗਾ ਹਾਂ ਹੋਰ ਕੁਛ ਹੈ ਤੇ ਹੋਰ ਕੀ ਚੀਜ਼ ਹੈ ਇਹ ਕੀ ਪਤਾ ਹੁਣ ਚੱਲ ਕਰਦੇ ਪਤਾ ਬਾਈ ਸਾਨੂੰ ਮਿਲਦਾ ਨਹੀਂ ਉਹ ਦੇਖ ਲੈ ਸੌਂਫ ਹੈ ਕਿਆ ਚੀਜ਼ ਹੈ ਉਹ ਵੀ ਦਿਖਾ ਮਾੜਾ ਜਿਹਾ ਖਾ ਖਾ ਲੱਗੀ ਹੋਏ ਮੈਂ ਕਹਿੰਦਾ ਬਾਈ ਤੂੰ ਵੀ ਤਾਂ ਨਹੀਂ ਇਹ ਯਾਰ ਹੈ ਤਾਂ ਥੋਆ ਵੀ ਆ ਬਾਈ ਕਹਿੰਦੇ ਗਿੰਨੀ ਘਾ ਜਾ ਕਹਿੰਦੇ ਕਿਆ ਕਹਿੰਦੇ ਹੁਣ ਇਹਨੂੰ ਕਾ ਨੂੰ ਗਿੰਨੀ ਘਾ ਉਹ ਗਿੰਨੀ ਘਾ ਦਾ ਦੂਆ ਇਹ ਤਾਂ ਗਾਇਆਂ ਦੇ ਖਾਣ ਵਾਸਤੇ ਹੁੰਦਾ ਉਹ ਗਿੰਨੀ ਘਾ ਆ ਹੋਈ ਹੈ ਡੀਲੇ ਵਰਗਾ ਇਹ ਵੀ ਬਾਟਾ ਮਸ਼ੀਨ ਮੰਗਣੇ ਦਿੰਦਾ ਜੀ ਉਹ ਲੈ ਆਵਦਾ ਉਹਨਾਂ ਨੇ ਲਾਇਆ ਪਤਾ ਆਪਣੇ ਪਿੰਡ ਲੈ ਆਵਦਾ ਰੱਬੀ ਨੇ ਹਾਂ ਪੱਖੇ ਯਾਰ ਉੱਪਰ ਹੀ ਛੱਡੇ ਪਏ ਨਾ ਨੇ ਸਮਾਨ ਆ ਦੇਖ ਲੈ ਆਹੀ ਪੱਖਾ ਉੱਪਰ ਪਿਆ ਆਹੀ ਆ ਜੇ ਵਿੱਚ ਖੜਾ ਇਹਦੇ ਇਹਦੇ ਵਿੱਚ ਕੀ ਚੀਜ਼ ਹੈ ਇਹ ਸੌਂਫੇ ਹੈ ਸੌਂਫੇ ਹੈ ਭਾਈ ਇਹ ਸੌਂਫੇ ਹੈ ਇਹ ਇਹ ਮੈਂ ਕਹਿੰਦਾ ਜੜਤ ਕੋ ਲੱਗਦਾ ਭਾਈ ਤੋੜਦਾ ਇਹਦੇ ਗੋਭੀ ਤੋੜਦਾ ਜੀ ਆ ਕਿਹੜੀ ਆਈਟਮ ਹੈ ਜੀ ਖੜੀ ਜੜੀ तेल पैंदा उरे बहुत लगी भी हाँ बाकी वीर ने गोभी लाई भी गोभी तोड़ रहे भाई बहुत मेहनत करनी पैंदी कम तो ही होंदा एक आप कहें गोभी बहुत वधिया खड़ी है गोभी खड़ी तो है वधिया पर मेहनत करके है हाँ भाई गोभी है खड़ी एक नंबर है हाँ जी स्प्रे होई भी लगती है मैं हूँ इस टाइम जी होगी ता ही होंगी है गोभी चंकड़ी भाई बाकी हाँ भाई फसल सौख लगी हुई है जी कजौली कहते हैं यदा भी तेल महंगा बिकता होना बाकी हूँ पता नहीं भी बीज उपर क्या आने आइटम कैकना है बीज तीन चार फिर और साढ़े नेड़े कोई नहीं आता है पता नहीं क्या गल बात है उपरे बंदे देख के कोई असला नहीं साढ़े पर कुछ नहीं है भी कोई देखने इन वर्गे सरदार है अभी पग खड़ा भाई देखते चल आजा पूरी शांतगी है शांति मस्त जी मोटर वाला काम है रौनक फिर बंदे नाल हुंदी आ चार इंची प्रेशर हो गया ਲਾਈਟ 24 ਘੰਟੇ ਜੀ ਨਹੀਂ ਲਾਈਟ 99 ਟਾਈਮ ਹੋਣਾ ਕਿ ਉਹੋ ਬਸ ਇੱਕ ਦਿਨ ਹੁੰਦੀ ਅੱਛਾ ਇੱਕ ਦਿਨ 8 ਘੰਟੇ ਇੱਕ ਦਿਨ ਫਿਰ ਇੱਕ ਦਿਨ ਲੰਦਾ ਠੀਕ ਹੈ ਸਾਡੇ 8 ਘੰਟੇ ਲਗਾਤਾਰ ਆ ਜੀ ਰੋਜ਼ 8 ਘੰਟੇ ਆਉਣੀ ਹੈ ਜਿਹੜੀ ਆਹ ਲਾਈਵ ਹੀ ਹੈ ਜਿਹੜੀ ਆਹ ਫਸਲ ਹੈ ਜੀ ਕਾਦੀ ਕਹਿੰਦੇ ਆ ਇਹ ਕਰਨੌਲੀ ਕਰਨੌਲੀ ਇਹਦੇ ਉੱਪਰ ਜਿਹੜਾ ਬੀਜ ਆਉਣਾ ਉਹਦਾ ਤੇਲ ਨਿਕਲਣਾ ਜੀ ਇਹਦਾ ਤੇਲ ਨਹੀਂ ਵੀ ਕਨੈਨ ਕਨੂਨ ਦਵਾਈ ਵਗੈਰਾ ਬੰਦੀ ਜਿਹੜੀ ਕਨੈਨ ਦੀ ਦਵਾਈ ਹੁੰਦੀ ਦਵਾਈ ਬੰਦੇ ਆ ਅੰਗਰੇਜ਼ੀ ਦਵਾਈ ਨਹੀਂ ਫਿਰ ਇਹਦਾ ਜਿਹੜਾ ਤੁਸੀਂ ਝਾੜ ਨਹੀਂ ਕਿਕਣਾ ਇਹਦੇ ਉੱਪਰ ਬੀਜ ਆਉਣਾ ਜਿਹੜਾ ਬਸ ਇਸ ਤਰ੍ਹਾਂ ਹੀ ਆ ਥੋੜਾ ਜਿਹਾ ਫੁੱਲ ਜੇ ਇਹਦੇ ਸੁੱਕ ਜਾਣੇ ਅੱਛਾ ਜੀ ਕਣਕ ਤੋਂ ਮਗਰੋਂ ਅੱਛਾ ਜੀ ਉਹਦੇ ਬਾਅਦ ਜਦੋਂ ਕਟਾਈ ਹੋ ਜਾਣੀ ਕਟਾਈ ਦੇ ਚੌਥੇ ਪੰਜ ਦਿਨ ਬਾਅਦ ਮਸ਼ੀਨ ਕੱਢਦੀ ਹੈ ਮਸ਼ੀਨ ਕੱਢ ਕੇ ਫਿਰ ਲੇਬਰ ਕੱਢਦੀ ਵੱਢਦੀ ਇਹਨੂੰ ਲੇਬਰ ਹੀ ਹੈ ਬੰਦੇ ਹੀ ਵੱਢਦੇ ਅੱਛਾ ਜੀ ਜਨਾਨੀਆਂ ਲੇਬਰ
ਉਹਦੇ ਮੁੜ ਕੇ ਚੁੱਪ ਚੁੱਪ ਜਵੇਂ ਦੇ ਜਿਕਣਾ ਹੁਣ ਆਪਾਂ ਕਣਕ ਵੱਢ ਕੇ ਤਾਂ ਆਪਾਂ ਨੇ ਕਣਕ ਮਿਲ ਜਾਣੀ ਹੈ ਕਣਕ ਤੋੜੀ ਤਾੜੀ ਸਾਂਭੀ ਜਾਣੀ ਹੈ ਆਪਾਂ ਨੂੰ ਕਣਕ ਮਿਲ ਗਈ ਇਹਦੇ ਵਿੱਚ ਕਿਆ ਮਿਲੂਗਾ ਆਪਾਂ ਨੂੰ ਬੀਜ ਇਹਦੇ ਵਿੱਚ ਪਹਿਲਾਂ ਗੋਭੀ ਵਿੱਚ ਅੱਛਾ ਜੀ ਪਿੱਛੋਂ ਪਹਿਲਾਂ ਗੋਭੀ ਨਹੀਂ ਗੋਭੀ ਤਾਂ ਤੁਸੀਂ ਵੱਢ ਲਈ ਜਿਹੜਾ ਹੁਣ ਇਹਨੂੰ ਲੱਗਣਾ ਦਾ ਨਹੀਂ ਕੁਛ ਹੈਗਾ ਕੋ ਬਸ ਉਹ ਬੀਜ ਨੂੰ ਲੱਗਣਾ ਹੈ ਕਿਆ ਲੱਗਣਾ ਲੱਗਣਾ ਜਿਸ ਤਰ੍ਹਾਂ ਬਾਥੂ ਦੇ ਉੱਤੇ ਦਾਣੇ ਜਿਹੜਾ ਹੁੰਦਾ ਉਹ ਉਹਨਾਂ ਦਾਣਾ ਤੇ ਮਿਲੂਗਾ ਆਪਾਂ ਉਹ ਦਾਣਾ ਮਿਲਣਾ ਠੀਕ ਹੈ ਉਹਦਾ ਕੀ ਰੇਟ ਹੈ ਜਿਸ ਤਰ੍ਹਾਂ ਜਵੈਣ ਜਵੈਣ ਹਾਂ ਸਮਝ ਗਏ ਸਮਝ ਗਏ ਹੁਣ ਸਮਝ ਗਏ ਰੇਟ ਕਿਆ ਜੀ ਦਾ ਉਹ ਰੇਟ 4,4438 ਕੁਇੰਟਲ ਮਨ ਦਾ ਨਾ ਮਨ ਮਨ 40 ਕਿਲੋ 40 ਕਿਲੋ ਦਾ ਜਣੀ ਇਹ 10,000 ਰੁਪਏ ਹੋ ਗਿਆ ਫਿਰ 10,000 ਰੁਪਏ ਕੁਇੰਟਲ ਚਾੜ ਕਿੰਨਾ ਜੀ ਬਾਈ ਇਹਦਾ ਕੋਈ ਇੰਨਾ ਕਿਹਾ ਨਹੀਂ ਜਾ ਸਕਦਾ ਨਿਕਲ ਨੌਣੋ ਦੱਸਦਾ ਤੋੜੇ ਵੀ ਨਿਕਲ ਜਾਂਦੇ ਦੱਸਦਾ ਮਨ ਨੌਣੋ ਘੱਟ ਹੋਏ 4-5-6 ਵੱਧ ਤੋਂ ਵੱਧ 10,000 ਤੋੜੇ ਨਿਕਲ ਜਾਂਦੇ ਠੀਕ ਹੈ ਜਿਹੜੀ ਇਹ ਗੋਭੀ ਦੀ ਫਸਲ ਹੈ ਇਹਨੂੰ ਕੋਈ ਬਿਮਾਰੀ ਬਿਮੂਰੀ ਸੁੰਡੀ ਸਾਂਡੀ ਪੈਂਦੀ ਸੁੰਡੀ ਸਾਂਡੀ ਤਾਂ ਸਪਰੇਅ ਤਾਂ ਹੁੰਦੇ ਹੁੰਦੇ ਯਾਨੀ ਸਾਡੇ ਸੁੰਡੀ ਬਹੁਤ ਪਈ ਵੀ ਤੁਹਾਡੇ ਹੈ ਨਹੀਂ ਉਹਦੇ ਅਸੀਂ ਦੇਖ ਕੇ ਸਾਡੇ ਤਾਂ ਪੱਤੇ ਛਾਣੇ ਪੈ ਜਾਵਾਂ ਜੀ ਬਾਰਿਸ਼ ਕਰ 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 ਘੱਟ ਹੈ ਗਰਮੀ ਚ ਸੁੰਡੀ ਬੜੀ ਪੈਂਦੀ ਹੈ ਅੱਛਾ ਮੌਸਮ ਦਾ ਥੋੜ੍ਹਾ ਨਾ ਮੌਸਮ ਕਰਕੇ ਸੁੰਡੀ ਘੱਟ ਠੀਕ ਹੈ ਯਾਨੀ ਮੈਂ ਦੇਖਿਆ ਤੁਹਾਡੇ ਬਹੁਤ ਸਾਫ ਆ ਸਾਡੇ ਤਾਂ ਪੱਤੇ ਛਾਣੇ ਪਏ ਉਹਨੇ ਜਮੀ ਕਿਆ ਰੇਟ ਹੈ ਜੀ ਗੋਭੀ ਦਾ ਹੁਣ ਕਿਉਂਕਿ 8-10 ਰੁਪਏ ਵਿਕਦੇ ਆ ਸਾਡੇ ਵੀ ਆਹੀ 10 ਰੁਪਏ ਸਾਡੇ ਆ ਸਾਡੇ ਮਾੜੀ ਜਿਹੜੀ ਉਹਦੇ 'ਚ ਉਹ 100 ਰੁਪਏ ਦਾ ਲਗਾਉਣ ਲੱਗ ਪੈਂਦੀ ਹੈ ਥੋੜ੍ਹੀ ਨਾ ਦਾਗੀ ਹੋ ਜਾਂਦੀ ਇਹ ਸਾਫ਼ ਹੈ ਇਹ ਥੋੜ੍ਹੀ ਨਾਲ ਵਰਾਇਟੀ ਅਗਲੀ ਨਵੀਂ ਆ ਜਾਂਦੀ ਹਾਂ ਠੀਕ ਹੈ ਬਾਕੀ ਇੱਥੇ ਕੋਈ ਤੰਗੀ ਤੁੰਗੀ ਤਾਂ ਨਹੀਂ ਆਉਂਦੀ ਯਾਰ ਨਹੀਂ ਜਿਹਨਾਂ ਨੂੰ ਸਾਨੂੰ 7 ਵਜੇ ਤੱਕ ਆਉਣ ਦਿੰਦੇ ਆ ਬਾਅਦ ਚਲ ਜੀ ਤਾਂ ਆ ਪੁੱਛ ਕੇ ਆ ਜੀਦਾ ਜਾਉਣਾ ਹੋਵੇ ਜੇ ਆਉਣਾ ਹੋਵੇ ਇੱਥੇ ਜਿਕਣਾ ਡੰਗਰ ਹੋਰੇ ਬੰਦਾ ਰਹਿ ਸਕਦਾ ਕੋਈ ਉਹ ਡੱਕਦੇ ਨਹੀਂ ਜਾਣਾ ਮਨੋਂ ਕਿ ਦੁੱਧ ਪਸ਼ੂ ਵੱਧੇ ਤਾਰਾ ਕੱਢਣ ਫਿਰ ਨਵੇਂ ਜਦੋਂ ਕਦੇ ਆਉਂਦੇ ਉਦੋਂ ਕਰਦੇ ਪੁਰਾਣੇ ਤਾਂ ਪਤਾ ਇਤਨਾ ਜਿਤਨਾ ਲੰਘਦੇ ਨਾ ਸਾਰਿਆਂ ਨੂੰ ਪਤਾ ਹੀ ਹੁੰਦਾ ਹੁਣ ਤੁਸੀਂ ਰਾਤ ਨੂੰ ਰਹੋਗੇ ਉਰੇ ਘਰ ਚਲੇ ਜਾਣਾ ਨਾ ਨਾ ਦੁੱਧ ਚੋ ਕੇ ਬਸ ਇੱਥੇ ਅੰਦਰ ਅੰਦਰ ਬੰਨ ਕੇ ਜਿੱਥੇ ਜਾਨੀ ਆਉਣੀ ਹੁੰਦੀ ਰਾਤ ਨੂੰ ਹੈ ਕੋਈ ਚੋਰੀ ਚੋਰੀ ਵਾਲਾ ਕੋਈ ਚੱਕਰ ਨਹੀਂ ਨਾ ਨਾ ਮਤਲਬ ਵੀ ਕੋਈ ਜਿਹੜੇ ਜਿੱਥੇ ਜੇ ਕਿਸੇ ਨੂੰ ਆਉਣੀ ਦੇਣਾ ਹੈਗਾ ਚੋਰੀ ਕਿੱਥੇ ਦੇਣੀ ਲਾਈਟਾਂ ਉੱਥੋਂ ਲੈ ਕੇ ਜਗਦੀਆਂ ਨੇ ਐ ਵਧੀਆ ਹਾਂ ਜੀ ਜਿਸ ਤਰ੍ਹਾਂ ਜਗਣ ਡਈਆਂ ਨੇ ਇਸ ਤਰ੍ਹਾਂ ਹੀ ਉੱਥੋਂ ਜਗਦੀਆਂ ਕਿੱਥੇ ਤੱਕ ਨਹੀਂ ਆਉਣ ਹੁੰਦੇ ਹੈਗੇ ਜੀ ਆਪਣਾ ਇਹ ਜ਼ਿਆਦਾ ਤਾਂ ਕੈਂਪ ਤੋਂ ਅੱਗੇ ਨਹੀਂ ਆਉਂਦੇ ਅੱਛਾ ਜੀ ਪਿੱਛੇ ਉਹ ਪਿਛਲੇ ਡੇਰੇ ਵਾਲੇ ਰਹਿੰਦੇ ਆ ਉਹ ਆ ਜਾਂਦੇ ਵੇਲੇ ਕੋਲੇ ਠੀਕ ਆ ਜੀ ਕੈਂਪ ਤੋਂ ਅੱਗੇ ਨਹੀਂ ਆਉਂਦੇ ਹੁੰਦੇ ਜੇ 7 ਵਜੇ ਆਖੀ ਟਾਈਮ ਆ ਉਹਨੂੰ ਲੱਗਿਆ ਵਾ ਠੀਕ ਆ ਉਹ ਉਹ ਹੀ ਬਾਗ ਪੁੱਛਿਆ ਪਛਾਈਆਂ ਉਦਾਂ ਪੁਰਾਣੇ ਹੋ ਜਾਣ ਉਹਨਾਂ ਨੂੰ ਤਾਂ ਪਤਾ ਵੀ ਇਹਨਾਂ ਜਾਣਾ ਹੀ ਜਾਣਾ ਆਪਣੀ ਖੇਤੀ ਇੱਧਰ ਸਾਰੀ ਉਹ ਹਾਂ ਆਪਣੇ ਕੋਲ ਠੀਕ ਆ ਜੀ ਜਿਹੜੀ ਆਪਣੀ ਤਾਰ ਆ ਉਹ ਤਾਂ ਫਿਰ ਇਹ ਬੰਨ ਤੇ ਅੰਦਰ ਹੋਣੀ ਹੈ ਨਾ ਹੋਰ ਦਾ ਬੰਨ ਬੰਨ ਤੋਂ ਪਾਰ ਤਾਂ ਜ਼ਮੀਨ ਹੈਗੀ ਆਪਣੀ ਉਹ ਤਾਰ ਤੋਂ ਅੱਗੇ ਵੀ ਖੇਤੀ ਹੈਗੀ ਜੀ ਤਾਰ ਤੋਂ ਅੰਦਰ ਅੰਦਰ ਹੀ ਆ ਪਰਾਂ ਨਹੀਂ ਪਾਰ ਨਹੀਂ ਆਪਣੀ ਖੇਤੀ ਹੈਗੀ ਥੋੜੀ ਥੋੜੀ ਨਾਲ ਆ ਕੰਡਾ ਜਾ ਉਹਦੇ ਨਾਲ ਉਹਨਾਂ ਨੇ ਪਈ ਆ ਦੇਖਦੀ ਹਾਂ ਜੀ ਹਾਂ ਉਹ ਜਿਹੜੇ ਚਿੱਟੀਆਂ ਚਿੱਟੀਆਂ ਬੁਰਜੀਆਂ ਲੱਗੀਆਂ ਹਾਂ ਜੀ ਹਾਂ ਜੀ ਉਦੋਂ ਬਾਅਦ ਅਸੀਂ ਕੱਲ ਨੂੰ ਜਾਣਾ ਜੀ ਗਾਹਾਂ ਆ ਤਾਂ ਅਸੀਂ ਇੱਥੇ ਸਾਜਰੇ ਆ ਕੇ ਅਸੀਂ ਚਲੋ ਗੇੜਾ ਮਾਰ ਕੇ ਆਉਂਦੇ ਆ ਪਹਿਲਾਂ ਵੀ ਅਸੀਂ 4 ਮਹੀਨੇ ਕੋ ਟਰੈਕਟਰ ਲੈ ਕੇ ਆਏ ਤੇ ਜੀ ਜਦ ਹਨੇਰਾ ਹੋ ਗਿਆ ਤਾਂ ਫਿਰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਠੀਕ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚਾਨਣਾ ਪਾਏ ਸਾਨੂੰ ਠੀਕ ਹੈ ਜੀ ਇਹ ਫਿਰ ਸਵੇਰੇ ਕਰਤਾਰਪੁਰ ਸਾਹਿਬ ਜਾਓ ਹਾਂ ਜੀ ਹਾਂ ਜੀ ਠੀਕ ਹੈ ਅਸੀਂ ਫਿਰ 8-9 ਵਜੇ ਉਰੇ ਐਂਟਰ ਹੋ ਜੂਗੇ ਅੰਦਰ 10 ਵਜੇ ਫਿਰ ਹੋ ਜੇ ਦਰਸ਼ਨ ਫਿਰ 9 ਵਜੇ ਹਾਂ ਜੀ ਹਾਂ ਜੀ ਤੋਂ ਜਿਹੜੀ ਇੱਥੇ